ਕਲੋ ਕੇ ਗੰਨੇ ਖਾਵਣ ਗਏ ਤੇ ਦੇਖ ਹੁਣ ਬੱਲੇ ਆਨੇ ਆ ਹੁਣ ਬੱਲੇ ਇਹ ਦੇਖ ਮੋਟਰਸਾਈਕਲ ਤੇ ਵੰਦੇ ਤੇ ਪੈਦਲ ਪਿਆ ਵੇ ਬਾ ਹੁਣ ਤਵਾ ਕੋ ਦਸਣ ਕੀ ਤੇ ਮੋਟਰਸਾਈਕਲ ਚਾਇਆ ਸੀ ਜੋ ਲੱਤਾ ਨਾ ਕੇ ਵਾਦਾ ਵਫਾ ਕਰ ਵਾਦਾ ਵਫਾ ਇਹ ਆਖਿਆ ਕੇ ਦਸੈਸਾ ਮੈਂ ਕੱਲ ਬਸ ਅਸਾਂ ਇੱਕ ਵਿਵਰਾ ਆਪਣੇ ਕੋ ਨਾ ਖਸੂਸੀ ਗੱਲ ਕਰਨੀ ਆਈ ਖੈਰ ਦੀ ਹੋਵੇ ਬਸ ਇਹ ਸਈ ਇਤਨੀ ਅਹਿਮ ਜ਼ਰੂਰੀ ਗੱਲ ਅਸਲਾਮ ਵਾਲੇਕੁਮ ਤੁਸੀਂ ਦੇ ਪਏ YouTube ਚੈਨਲ ਕਮਲਾ ਸਰੇ ਕੀ ਮੈਂ ਸੈਯਦ ਸਹਿਰ ਮੈਂ ਦੀ ਉਮੀਦ ਕਰਨਾ ਸਾਰੇ ਦੋਸਤ ਆਪ ਠੀਕ ਹੋ ਸਨ ਅਸਾਂ ਵੀ ਅੱਲਾਹ ਔਰ ਆਲੇ ਮੁਹੰਮਦ ਦੀ ਕਰਮ ਨਵਾਜ਼ੀ ਨਾਲ ਤੁਹਾਡੇ ਪਿਆਰ ਨਾਲ ਤੁਹਾਡੇ ਦੁਆਈ ਨਾਲ ਤੁਹਾਡੇ ਮੁਹੱਬਤ ਨਾਲ ਅਲਹਮਦੁਲਿਲਾ ਠੀਕ ਹੈ ਹੱਸਦੇ ਰਹੋ ਵਸਦੇ ਰਹੋ ਆਬਾਦ ਹੋ ਸ਼ਾਦ ਰਹੋ ਲਾਈਕ ਫੋਲੋ ਸਬਸਕ੍ਰਾਈਬ ਕੀਤੀ ਰਹੋ ਬਿਸਮਿਲ੍ਲਾ ਪੜ੍ਹ ਕੇ ਅੱਜ ਦੇ ਵਲੌਗ ਦਾ ਆਗਾਜ਼ ਕਰਨ ਦੇ ਪਏ ਕਾਰਖਾਨੇ ਵਿੱਚੋਂ ਤਾਂ ਉਮੀਦ ਕਰਨ ਹੈ ਜਿਸ ਮੁਕਾਮ ਤੇ ਸਾਡੇ ਚਾਹਣ ਵਾਲੇ ਹਿੰਦ ਪਾਕਿਸਤਾਨ ਪਾਕਿਸਤਾਨ ਤੋਂ ਬਾਹਰ ਯਕੀਨਨ ਹੋ ਸਨ ਅੱਲਾਹ ਔਰ ਆਲੇ ਮੁਹੰਮਦ ਦੀ ਹਿਫਜ਼ੋ ਅਮਾਨਤ ਤੁਸੀਂ ਵਸਦੇ ਰਹੋ ਜਹੀ ਵਸਦੇ ਰਹਿਣ ਇਹ ਤਾਂ ਤੁਸੀਂ ਵਸਦੇ ਵੇ ਸਾਡੇ ਨਾਲ ਕੰਮ ਉਹ ਹੈ ਗਿੱਦੜ ਕੋ ਸਰਦੀਆਂ ਵਿੱਚ ਸਰਦੀ ਲੱਗਦੀ ਆਈ ਨਾ ਤੁਹਾਡੇ ਸਵੇਰੇ ਮੈਂ ਖੋਡ ਬਣਾ ਸਾਂ ਰੋਜ਼ਾਨਾ ਆਦੇ ਭਈ ਅੱਜ ਅਸਾਂ ਟਾਈਮ ਨਾਲ ਵੈਸੋ ਟਾਈਮ ਸਾ ਕੋ ਉਹ ਥੀ ਵੰਦਾ ਜਿਹੜਾ ਡੇਲੀ ਅਸਾਂ ਟਾਈਮ ਸਾਡੀ ਰੂਟੀਨ ਬਣੀ ਹੋਈ ਹੈ ਇਹ ਸਾਡੀ ਪੈਕਿੰਗ ਵਾਲੀ ਮਸ਼ੀਨ ਹੀ ਵੇ ਇਹ ਡੱਬੇ ਹੀ ਵੇ ਸਟੀਕਰ ਲਾ ਕੇ ਮਰਚਾਂ ਇਹਨਾਂ ਵਿੱਚ ਰੱਖ ਚੁਣੇ ਆ ਮਹਿਫੂਜ਼ ਪਈਆਂ ਲਾਉਂਦੀਆਂ ਇਹ ਪਿਸਾਈ ਵਾਲੀ ਚੱਕੀ ਹੈ ਅੱਗੋਂ ਕੱਪੜਾ ਲੱਗਾ ਹੋਇਆ ਹੈ ਇਹ ਉਹਦਾ ਟੱਪ ਹੈ ਜਿਹਨਾਂ ਸੇਫਤੀ ਮਰਜ ਪੀਂਦੇ ਆ ਇਹਦੇ ਛੱਡ ਕੇ ਹੱਥ ਨਾਲ ਐਸਾ ਐਸਾ ਦਿਖੇਂਦੇ ਆ ਇਹਕੋ ਖੋਲ ਖਿੰਦੇ ਰਹਿੰਦੇ ਆ ਤੁਹਾ ਕੋਈ ਆਪਣੇ ਕਜ਼ਨ ਦੇ ਮਕਾਨ ਲਿਖੇਂਦੇ ਪਏ ਸੈਯਦ ਹਸਨ ਅਲੀ ਸ਼ਾਹ ਨਕਵੀ ਸ਼ਾਹ ਸਾਹਿਬ ਦੇ ਅਲੀਪੁਰ ਦੇ ਹੁਣ ਇੱਥੇ ਮਕਾਨ ਬਣੇਦੇ ਪੈਣ ਤੁਹਾ ਕੋ ਅੰਦਰ ਦੇ ਮਨਾਜ਼ਰ ਦਿਖਾਣ ਮੈਂ ਕਿ ਅੱਜ ਦੂਰ ਖੁਲਵੀ ਤੁਹਾ ਕੋ ਮਨਾਜ਼ਰ ਦਿਖਾਉ ਅਸਲਾਮ ਅਲੈਕੁਮ ਉਸਤਾਦ ਜੀ ਸਹੀ ਵਾਲੇਕੁਮ ਸਲਾਮ ਬਿਸਮਿਲ੍ਲਾ ਬਾਬਾ ਜੀ ਮੁਰਸ਼ਿਦ ਕੀ ਹਾਲ ਹੈ ਠੀਕ ਸਹੀ ਮੌਲਾ ਦਾ ਕਰਮ ਹੈ ਸਭ ਖੈਰੋ ਖਰੀਅਤ ਹੈ ਅੱਲਾ ਦਾ ਸ਼ੁਕਰ ਅੱਜ ਇਨਸ਼ਾਅੱਲਾ ਅੱਲਾ ਦੇ ਹੁਕਮ ਨਾਲ ਠੇਕੇ ਤਾਂ ਆਖਰੀ ਨਹੀਂ ਹੈ ਇਨਸ਼ਾਅੱਲਾ ਇਨਸ਼ਾਅੱਲਾ ਬਸ ਇੱਕ ਛੋਟਾ ਵੰਦੇ ਅੱਛਾ ਅੱਗਾਵਤ ਭਈਆ ਗਾਲੀਆਂ ਅੱਗਾਵਤ ਨਵੀਆਂ ਗਾਲੀ ਤੇ ਨਵੀਆਂ ਚੀਜ਼ਾਂ ਅੱਛਾ ਅੱਛਾ ਭਈਆ ਬੜੀ ਮਿਹਨਤ ਨਾਲ ਸਾਥ ਬੂਟੇ ਬਣਾਏ ਸ਼ੁਰੂ ਕੋਲ ਬਣਾਉਣ ਲੱਗਾ ਹੋਈ ਇਹ ਮਾਸ਼ਾਅੱਲਾ ਮਕਾਨਾਂ ਦੇ ਲੋਕ ਇਹ ਪਲਾਟ ਪਰਾਏ ਇਹਨਾਂ ਦਾ ਪਰਲੇ ਪਾਸੋਂ ਰਸਤਾ ਹੈ ਇਹ ਘੋੜੀ ਦਾ ਵਛੜਾ ਭੱਜਦਾ ਵੈਂਦਾ ਪਤਾ ਨਹੀਂ ਨਾ ਆਉਂਦਾ ਜਾਂ ਕਹਿੰਦੀ ਘੋੜੀ ਹੈ ਜਿਹਦਾ ਵਛੜਾ ਭੱਜਦਾ ਵੈਂਦਾ ਹੈ ਆਏ ਖਣੇ ਰਾਜਨ ਸ਼ਾਹ ਮੋੜ ਦੇ ਇਹ ਭਾਈ ਹੋਣੀ ਗਿਨਣ ਆਏ ਖਣੇ ਬੋਤਲ ਤੁਸੀਂ ਕਿਆ ਆਖੇ ਸੀ ਦੁਕਾਨਦਾਰ ਕੋ ਅਸਾਂ ਆਖਿਆ ਭਈ ਸ਼ਾਪਰ ਲਗਾਵੇ ਸੀ ਤੋੜ ਮੈਂ ਅੱਗੋਂ ਜਵਾਬ ਦਿੱਤਾ ਮੈਂ ਕਿਹਾ ਬੋਤਲ ਦੀ ਗਰੰਟੀ ਕੋਈ ਸ਼ਾਪਰ ਤੁਹਾਡੇ ਨਾਲ ਵੈਸੇ ਬੋਤਲ ਡਹਿ ਸਕਦੇ ਸ਼ਾਪਰ ਤਾਂ ਨਹੀਂ ਡਹਿ ਸਕਦਾ ਇਹ ਦੋਂ ਦੇ ਵੈਸੇ ਜੀ ਦੋਂ ਦੇ ਆਪਣਾ ਨਾਮ ਦੱਸੈ ਸੋਚਾ ਮੇਰਾ ਨਾਮ ਸੁਭਦਰ ਅਲੀ ਅੱਛਾ ਤੁਸੀਂ ਗੱਟ ਬਿਰਾਦਰੀ ਨਾਲ ਤਾਲਕ ਰੱਖਿਆ ਜੀ ਆਏ ਖਣੇ ਕੰਡਾ ਅੱਲਾ ਯਾਰ ਅੱਡੇ ਤੇ ਪਹਿਲੇ ਅਲਮ ਪਾਕ ਦੀ ਕਰੋ ਜ਼ਿਆਰਤ ਮਾਸ਼ਾਅੱਲਾ
ਸਬਜ਼ਾ ਬੜਾ ਖੂਬਸੂਰਤ ਲੱਗਦਾ ਇੱਥਾਂ, ਬੂਟੇ ਲੱਗੇ ਹੋਣ ਪੌਦੇ, ਔਰ ਇਹਨੂੰ ਇਹ ਮਕਾਈ ਦੀ ਫਸਲ ਵੇ, ਇਹ ਪਿਰਾਸੂ ਦਾ ਬੂਟਾ ਹੈ। ਤੁਹਾਨੂੰ ਅੱਜ ਬਈ ਸ਼ਹਿ ਵੀ ਦਿਖਾਉਂਦੇ ਆ, ਜ਼ਿਆਰਤ ਕਰਕੇ ਨੂੰ ਇਹ ਕਲਿੱਪ ਹੈ ਸ਼ਹਿਰੀ ਲੋਕਾਂ ਵਾਸਤੇ, ਕਿਉਂਕਿ ਦਿਹਾਤੀ ਲੋਕ ਇਹ ਸ਼ਹਿ ਕੋ ਸਮਝਦੇ ਨੇ, ਉਹਨਾਂ ਲੋਕਾਂ ਕੋ ਪਤਾ ਹੈ ਵੀ ਕਿਹੜੀ ਸ਼ਹਿ ਹੈ ਜਿਹੜੀ ਮੈਂ ਤੁਹਾਨੂੰ ਹੁਣ ਦਿਖਾਉਂਦਾ ਪਿਆ। ਸ਼ਹਿਰੀ ਲੋਕਾਂ ਕੋ ਇਹਨਾਂ ਚੀਜ਼ਾਂ ਦਾ ਨਹੀਂ ਆਉਂਦਾ ਪਤਾ, ਸਾਨੂੰ ਤੁਹਾਨੂੰ ਦਿਹਾਤੀ ਮਾਹੌਲ ਵਿੱਚ ਤੁਸੀਂ ਖਾਈ ਰਹਿੰਦੇ ਆ, ਜਿਹੜੇ ਸ਼ਹਿਰੀ ਲੋਕ ਇਹਨਾਂ ਉਹ ਇਹ ਸ਼ਹਿ ਕੋ ਬੜਾ ਪਸੰਦ ਕਰਨ ਦੇਣ। ਬਾਕੀ ਜਿਹੜੇ ਦਿਹਾਤ ਨਾਲ ਰਿਲੇਟਡ ਲੋਕ ਹਨ, ਸਾਡੇ ਵਿਵਹਾਰ ਹਨ, ਉਹਨਾਂ ਕੋ ਮਨਾਜ਼ਰ ਦਿਖਾਉਂਦੇ, ਇਹ ਨਹੀਂ ਜੋ ਵੀ ਉਹਨਾਂ ਕੋ ਨਹੀਂ ਦਿਖਾਉਂਦੇ, ਇਹ ਬਈ ਸ਼ਹਿਰੀ ਲੋਕ ਥੋੜਾ ਜ਼ਿਆਦਾ ਪਸੰਦ ਕਰਨ ਬਈ ਯਾਰ ਦਿਹਾਤੀ ਮਾਹੌਲ ਦੇਖੋ। ਉਹ ਕਿਹੜੀ ਸ਼ਹਿ ਹੈ ਤੁਹਾਨੂੰ ਅਸਾਂ ਪਰੇਸ਼ਾਨ ਨਾ ਕਰੂੰ। ਇਹ ਹੀ ਵੇ ਭੂਨ ਦੀ ਧੜ, ਤੂੜੀ ਜੇ ਕੁਛ ਰਹਿੰਦੇ ਆ ਨਾ ਅਸਾਂ ਉਰਦੂ ਵਿੱਚ, ਇਹ ਤੂੜੀ ਦੀ ਧੜ ਵੇ, ਇਹ ਸਟਾਕ ਥੀ ਆ ਪੀ ਹੈ। ਕੇਲੇ ਦਾ ਰੇਟ ਹਾਈ ਲੈਵਲ ਤੇ ਵੈਸੀ ਵਾਤੇ, ਲੋਕ ਗੱਠਾਂ ਬਣਾਉਂਦੇ ਨੇ, ਗੱਠਾਂ ਬਣਾ ਕੇ ਵਾਤੀ ਕੋ ਭੇਜਦੇ ਨੇ ਕਰਾਚੀ, ਇਸਲਾਮਾਬਾਦ, ਲਾਹੌਰ, ਫੈਸਲਾਬਾਦ ਇਹਨਾਂ ਸ਼ਹਿਰਾਂ ਦੇ, ਕਿਉਂਕਿ ਕਰਾਚੀ ਜ਼ਿਆਦਾ ਇਹ ਚੀਜ਼ਾਂ ਵਹਿੰਦੀਆਂ ਸਾਡੇ ਲਾਹੌਰ ਦੇ ਨਾਲ ਨਜ਼ਦੀਕ, ਫੈਸਲਾਬਾਦ ਦੇ ਨਜ਼ਦੀਕ ਦਿਹਾਤ ਥੀ ਵਧਣ, ਕਰਾਚੀ ਤਕਰੀਬਨ ਵਹਿੰਦੀਆਂ ਚੀਜ਼ਾਂ। ਲੋਕ ਜਿਹੜੇ ਸਟਾਕੀਆਂ ਹੁੰਦੇ ਨੇ ਗਿੰਦਨ ਧੜਾਂ ਦੇ ਹਿਸਾਬ ਤੇ, 5 ਬੋਰੀਆਂ ਦਾ ਭੂ ਹੈ, ਇਹ 6 ਬੋਰੀਆਂ ਦਾ ਹੈ। ਬੋਰੀਆਂ ਦਾ ਸਿਸਟਮ ਕਿਵੇਂ ਹੁੰਦਾ ਹੈ? ਇੱਕ ਦਾਣਿਆਂ ਦੀ ਬੋਰੀ ਨਿਕਲੀ ਨਾ, ਉਹਦਾ ਭੂ ਜਿਹੜਾ ਉਹ ਸੀ ਉਹ 1 ਬੋਰੀ ਦਾ ਉਹ ਸੀ। ਉਹ ਬਸ ਇਹ ਹਿਸਾਬ ਨਾਲ ਲੋਕ ਵਿਚੇਂਦੇ ਨੇ ਧੜਾਂ ਦੇ ਧੜਾਂ, ਇਹ ਲੋਕ ਸਟਾਕ ਕਰਦੇ ਨੇ। ਜੇਲੇ ਇਹ ਅਰੂਜ ਤੇ ਪੈਂਦਾ ਇਹਨਾਂ ਰੇਟ ਬਿਲਕੁਲ ਆਖਰੀ ਲੈਵਲ ਤੇ, ਵਾਧੇ ਮਣਾਂ ਦੇ ਹਿਸਾਬ ਤੇ ਸ਼ਹਿਰਾਂ ਵਿੱਚ ਵਿਚੇਂਦੇ ਨੇ, ਜਾਂ ਇੱਥੇ ਹੀ ਵੇਚਣ ਤਾਂ ਮਣਾਂ ਦੇ ਹਿਸਾਬ ਤੇ ਵਿਚੇਂਦੇ ਨੇ। ਤਾਂ ਕੋਈ ਮਨਾਜ਼ਰ ਕਿਵੇਂ ਲੱਗਣ ਕਮੈਂਟ ਵਿੱਚ ਲਾਜ਼ਮੀ ਆਪਣੀ ਰਾਏ ਦੇ। ਖੈਰ ਨਾਲ ਕੰਮ ਤੋਂ ਆ ਗਿਆ ਸੀ ਵਾਪਸ ਘਰ ਹੀ, ਮੈਂ ਬੈਠਾ ਦਰਵਾਜ਼ਾ ਖੜਕੇ, ਬਾਹਰ ਨਿਕਲਾਂ ਤਾਂ ਦੋ ਬੰਦੇ ਆਏ ਖੜਿਆਂ ਨੂੰ, ਮੈਂ ਕਿਹਾ ਖੈਰ ਹੋਵੇ, ਅਤੇ ਕੱਲ ਵਾਲੀ ਮੁਰਸ਼ਦ ਗਾਲ ਭੁੱਲ ਗਿਆ ਮੈਂ, ਗਾਲ ਕਿਹੜੀ ਉਹਨਾਂ ਦੀ ਜ਼ਬਾਨੀ ਤੋਂ ਸੁਣਵਾਉਂਦੇ ਆ। ਅਸਲਾਮ ਅਲੈਕੁਮ। ਵਾਲੇਕੁਮ ਸਲਾਮ ਖਾਨ ਜੀ, ਕੀ ਹਾਲ ਹੈ? ਅੱਲਾ ਦਾ ਸ਼ੁਕਰ ਹੈ। ਮੁਰਸ਼ਦ ਜੀ ਜੀ, ਅਸਾਂ ਕਲੋ ਕੇ ਗੰਨੇ ਖਾਵਣ ਗਏ ਤੇ ਦੇਖੋ ਹੁਣ ਬੱਲੇ ਆਨੇ ਆ, ਗੰਨਾ 34 ਗੰਨਾ ਆਵੀ। ਅੱਛਾ, ਕਿਆ ਰਸ ਰਸ ਮਸ ਫੇਟਾ ਸੀ? ਫੇਟਾ ਹੀ ਪੱਕਾ ਖੜਾ ਗੰਨਾ? ਪੱਕਾ ਤਿਆਰ ਹੈ, ਗੰਨੇ ਖਾ ਕੇ ਆਉਂਦੇ ਪੈਣ ਤਾਜ਼ੇ ਤਾਜ਼ੇ। ਚਲੋ ਮਿਹਰਬਾਨੀ, ਠੀਕ ਹੈ। ਤੂੰ ਆਪ ਚੋਰਾਂ ਦੀ ਗੱਪ ਛੱਪ ਸੁਣਾਈ ਸੇ, ਵੱਤ ਖੈਰ ਹੋਵੇ, ਵੱਤ ਕੌਣ ਆਇਆ ਖੜੇ? ਓਏ ਹੌਸਲਾ ਹੌਸਲਾ, ਓਏ ਸਗੀਰ ਅਬਾਸ, ਅਸਲਾਮ ਅਲੈਕੁਮ। ਵਾਲੇ ਬਿਸਮਿਲ੍ਲਾ ਸਿੰਘ, ਗੋਡੌਰਾ ਕਰਾਏ ਹੌਸ ਸਿੰਘ ਆਵਾ, ਉਹ ਲੱਤ ਕਿਉਂ ਨਹੀਂ ਵੇਖੀ ਤੇ ਸਾਈ? ਉੱਥੇ ਦੀ ਨਹੀਂ ਨਾ ਸਾਈ, ਇਹ ਧਿਆਤ ਤੇ ਸੋ ਉਹ ਲੱਤ ਕਰੋ ਨਾ। ਅੱਛਾ, ਇਹ ਓਕੇ ਓਕੇ। ਖੈਰ ਏ ਕਿਵੇਂ ਆਵਣ ਥੀ ਆ ਮੇਰੀ ਜਿੰਦ? ਬਸ ਸਾਈ, ਅਸਾਂ ਇੱਕ ਵਿਵਰਾ ਆਪਣੇ ਕੋ ਨਾ ਖਸੂਸੀ ਗੱਲ ਕਰਨੀ ਆਈ। ਖੈਰ ਦੀ ਹੋਵੇ? ਬਸ ਇਹ ਸਾਈ ਇਤਨੀ ਅਹਿਮ ਜ਼ਰੂਰੀ ਗੱਲ ਉਹਨਾਂ ਕੋ ਮੈਂ ਕਰਨੀ ਹੈ। ਅੱਛਾ, ਕੋਈ ਦੱਸਾ ਸੋਈ ਸਹੀ ਆ ਬਾ, ਇਵੇਂ ਪਰੇਸ਼ਾਨ ਕੀਤੀ ਰਹੇ ਸੋ? ਖੈਰ ਦੀ ਹੈ ਨਾ ਗੱਲ, ਉਹ ਗੱਲ ਉਹਨਾਂ ਦੇ ਫਾਇਦੇ ਦੇ ਵਾਸਤੇ ਸੀ। ਅੱਛਾ ਚਲੋ ਦੱਸੋ। ਚਾ ਚਾਚੂ ਅਲਤਾਫ ਹੁਸੈਨ, ਕੀ ਹਾਲ ਹੈ ਬਾਬਾ? ਠੀਕ ਹੋ? ਤਬੀਅਤ ਸੇ ਠੀਕ ਹੈ? ਸਾਡਾ ਸਲਾਮ ਤੇ ਗਿਆ ਸਹੀ। ਔਰ ਮਾਮੂ ਅਲਤਾਫ ਕੋ, ਮੁਰੇਸ਼ ਆ ਕੋ, ਸਾਰਿਆਂ ਕੋ ਵੱਲ ਸਲਾਮ ਤੇ ਗਿਆ ਸਹੀ। ਵੱਲ ਵੱਲ ਕੇ ਸਲਾਮ, ਵੱਲ ਵੱਲ ਤੇ ਚਾਚੂ ਅਲਤਾਫ ਕੋ ਖਸੂਸੀ
ਸਲਾਮ ਤੁਸੀਂ ਮੁਹੱਬਤਾਂ ਰਹਿੰਦੇ ਸਾਕੂ ਸਹੀ ਮੌਲਾ ਪੰਥਨ ਪਾਕ ਤੁਹਾਨੂੰ ਸਲਾਮਤ ਰੱਖਿਆ ਸੀ ਆਬਾਦ ਰਹੋ ਸਹੀ ਆਬਾਦ ਰਹੋ ਆਬਾਦ ਰਹੋ ਸ਼ਾਦ ਰਹੋ ਓਕੇ ਮੈਂ ਸਲਾਮ ਦੁਆ ਕਰ ਗਿਆ ਸਰ ਸਪੈਸ਼ਲ ਆਇਆ ਸਪੈਸ਼ਲ ਮਿਹਰਬਾਨੀ ਮਿਹਰਬਾਨੀ ਥੈਂਕ ਯੂ ਸਪੈਸ਼ਲ ਦੀ ਸਰ ਇਹ ਕਿਦਾ ਪਤਾ ਇਹ ਵੈਸੇ ਹੀ ਦੱਸੋ ਜੀ ਮਕਸਦ ਉੱਚੇ ਚ ਆਇਆ ਮੈਂ ਤਾਂ ਪੜ੍ਹਾਈ ਲਿਖਾਈ ਮੇ ਧਿਆਨ ਲਗਾਓ ਆਈਏ ਵਾਈਐਸ ਬਨੋ ਔਰ ਦੇਸ਼ ਕੋ ਸਮਝ ਉੱਚੇ ਚ ਆਇਆ ਵਾ ਵਾ ਅਚਾਨਕ ਅਬੜ ਗੋਤ ਹੈ ਰਵੀ ਇਹ ਮਖਦੂਮ ਕਾਸਿਮ ਨਕਵੀ ਇਹਨਾਂ ਦਾ ਬੇਟਾ ਹੈ ਇਹਨਾਂ ਦੀ ਪਹਿਲੀ ਪਹਿਲੀ ਗਲਤੀ ਹੈ ਉਮੀਦ ਕਰਦੇ ਹਾਂ ਅੱਜ ਦੀ ਵੀਡੀਓ ਅੱਛੀ ਲੱਗੀ ਹੋਵੇ ਅਗਰ ਅੱਜ ਦੀ ਵੀਡੀਓ ਅੱਛੀ ਲੱਗੀ ਹੋਵੇ ਕਮੈਂਟ ਲਾਜ਼ਮੀ ਆਪਣੀ ਰੈਡੀ ਬਣੀ ਅਸਰ ਹੋ ਅਸਰ ਹੋ ਆਵਾਜ਼ ਜ਼ਿਆਦਾ ਲਾਈਕ ਕਰੋ ਸਬਸਕ੍ਰਾਈਬ ਕੀਤੀ ਰਹੋ ਇਹ ਵੀਡੀਓ ਦਾ ਕਰਦੇ ਨੇ ਇਥੇ ਐਂਡ ਅਗਰ ਹੈ ਜ਼ਿੰਦਗੀ ਜਿੰਦੇ ਰਹੋ ਸੇ ਇਨਸ਼ਾਅੱਲਾ ਕੱਲ ਨਵੀਂ ਵੀਡੀਓ 'ਚ ਮਿਲ ਸਕਦੇ ਅੱਲਾ ਸੋਹਣੇ ਦੇ ਹਵਾਲੇ ਪਾਕਿਸਤਾਨ 1 2 3 4 6 ਵਾਲ ਵਾਲ ਜ਼ਿੰਦਾਬਾਦ ਬਾਏ ਬਾਏ ਟਾਟਾ ਅੱਲਾ ਹਾਫਿਜ਼